ਕਮਨਪਾਲ ਨੇ ਹਨ ਤੇ ਹਰ ਇੱਕ ਬੰਦੇ ਨੂੰ ਨੀਚੇ ਸ਼ੁਰੂ ਹੋ ਜਾਂਦਾ ਹੈ ਮਸਲਾ ਸ਼ੁਰੂ ਹੋ ਜਾਂਦਾ ਹੈ ਪਿੱਛੇ ਕੁੜੀਆਂ ਵਿੱਚ ਮੁੰਡੇ ਫਿਰ ਉਹ ਸਾਰਿਆਂ ਨੂੰ ਕਲਿੱਕ ਕਰਦੇ ਆ ਸਾਰੇ ਫੈਨ ਫਾਲੋਇੰਗ ਚਾਹਦੇ ਆ ਇਸ ਕਰਕੇ ਸਾਰੇ ਕੁਝ ਕਰਦੇ ਆ ਇਹ ਔਰਤਾਂ ਕੀ ਆ ਔਰਤਾਂ ਕੁਝ ਨਹੀਂ ਹਰ ਇੱਕ ਨੂੰ ਪਤਾ ਹੁੰਦਾ ਹੈ ਸੱਚਾਈ ਹਰ ਇੱਕ ਬੰਦੇ ਨੂੰ ਪਤਾ ਹੁੰਦੀ ਹੈ ਕੀ ਹੈ ਕਿ ਨਹੀਂ ਬਟ ਲੋਕ ਜਾਣ ਕੇ ਕਰਦੇ ਸਟਾਰਟਿੰਗ ਤੇ ਨਿਊਜ਼ ਆਈ ਸੀ ਤੇ ਮੇਰੀ ਸਿਸਟਰ ਸੀ ਸਿਸਟਰ ਰੋਣ ਲੱਗੀ ਸੀ ਕਿ ਇਹ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਕਿ ਇਹਨੇ ਕਦੇ ਕਰੇ ਗੱਲ ਨਹੀਂ ਕੀਤੀ ਹੈ ਕਿ ਕੁਝ ਨਹੀਂ ਕੀਤਾ ਇਹ ਉਹਨੇ ਦੱਸਿਆ ਮਮੀ ਨੂੰ ਕਿ ਮਮੀ ਆ ਕੀ ਕਰ ਰਹੇ ਆ ਬਾਹਰ ਬੈਠਾ ਹੂੰ ਇਹ ਕਈ ਵਾਰ ਗੱਲ ਕਰਦੇ ਸੀਗੇ ਉਹ ਕੀ ਹੋਊਗਾ ਬਟ ਇੰਨਾ ਵੀ ਨਹੀਂ ਸੀਗੇ ਅਸੀਂ ਫ੍ਰੈਂਕ ਸੀਗੇ ਮੈਂ ਨਾਲ ਕਿ ਇੰਨਾ ਹੀ ਸੀਗਾ ਕਿ ਸਿਰਫ ਆਏ ਕੰਮ ਕਰ ਲਿਆ ਤੇ ਚਲ ਗਏ ਬਸ ਕੋਈ ਇੰਨੀ ਪਰਸਨਲ ਗੱਲ ਨਹੀਂ ਕਰਦੇ ਸੀਗੇ ਫੋਨ ਹੋਣ ਲੱਗੇ ਮੈਸੇਜ ਆਉਣ ਲੱਗੇ ਫਿਰ ਮੈਂ ਕਿਹਾ ਸੀ ਕਿ ਅਦਾਂ ਦਾ ਕੁਝ ਨਹੀਂ ਆ ਤੁਸੀਂ ਨਾ ਇਹ ਚੀਜ਼ ਨੂੰ ਤੁਸੀਂ ਕਲੀਅਰ ਕਰੋ ਕਿ ਇਹ ਫੇਕ ਹੈ ਨਾ ਫੇਕ ਹੀ ਰਹਿਣ ਦਿਓ ਇਹ ਆਪਣੇ ਆਪ ਖਤਮ ਹੋ ਜਾਊਗੀ ਬਟ ਇਹ ਨਹੀਂ ਹੋਊਗੀ कल मैं स्टेटस पाया कि यार मैं ਏਦਾਂ ਦਾ ਕੁਝ ਨਹੀਂ ਹੈਗਾ ਲੋਕ ਉਲਟਾ ਕਹਿ ਰਹੇ ਆ ਕਿ ਹੁਣ ਤੁਸੀਂ ਹੀ ਹੋ ਤੁਸੀਂ ਏਦਾਂ ਦਾ ਸਟੇਟਸ ਕਿਉਂ ਪਾਇਆ ਸਾਨੂੰ ਲਾਈਨ ਦੇ ਵਿੱਚ ਘੱਟੋ ਘੱਟ 2.5 ਸਾਲ ਹੋ ਗਏ ਨਾ ਬਹੁਤ ਵੱਡੇ ਗਾਣੇ ਕੀਤੇ ਆ ਹਿੱਟ ਗਾਣੇ ਕੀਤੇ ਆ ਸੋ ਅਗਰ ਇਹ ਚੀਜ਼ਾਂ ਚਾਹੀਦੀ ਹੁੰਦੀਆਂ ਤਾਂ ਬਹੁਤ ਪਹਿਲਾਂ ਕਰ ਲੈਂਦੇ ਬਹੁਤ ਨੈਗੇਟਿਵ ਟੀਆਰਪੀ ਹੋ ਰਹੀ ਆ ਬਟ ਫਾਲੋਅਰਸ ਵਧ ਰਹੇ ਨੇ ਮਤਲਬ ਇੱਕ ਦਿਮਾਗ ਤੇ ਬਹੁਤ ਬੋਝ ਜਾ ਲੱਗਦਾ ਹੋਣਾ ਨਾ ਸਵੇਰੇ ਉੱਠਦੇ ਹੀ ਸਾਰੇ ਕਮੈਂਟਸ ਐਂਡ ਫਾਲੋਅਰਸ ਦਰਸ਼ਕਾਂ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਵੈਲ ਅੱਜ ਮੈਂ ਤੁਹਾਡੇ ਰੂਬਰੂ ਹੋਈ ਆ ਇੱਕ ਪਲੈਟਫਾਰਮ ਦੇ ਜ਼ਰੀਏ ਜਿਹਨੂੰ ਅਸੀਂ ਕਹਿੰਦੇ ਆ ਸੋਸ਼ਲ ਮੀਡੀਆ ਵੈਲ ਸੋਸ਼ਲ ਮੀਡੀਆ ਦਾ ਬਹੁਤ ਥਾਵਾਂ ਤੇ ਪੋਜ਼ਿਟਿਵ ਯੂਜ਼ ਹੋ ਰਿਹਾ ਹੈ ਤੇ ਬਹੁਤ ਥਾਵਾਂ ਤੇ ਮਿਸਯੂਜ਼ ਵੀ ਕੀਤਾ ਜਾ ਰਿਹਾ ਹੈ ਤੁਸੀਂ ਸਾਰੇ ਨੇ ਦੇਖਾ ਹੋਣਾ ਕਿ ਮੋਸਟ ਆਫ ਦਾ ਸੈਲੀਬ੍ਰਿਟੀਜ਼ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਕਾਫੀ ਹਿਊਮਿਲੇਟ ਕੀਤਾ ਜਾਂਦਾ ਹੈ ਜਾਂ ਤਾਂ ਗਲਤ ਮੈਸੇਜਸ ਪੇਜ ਕੇ ਜਾਂ ਫਿਰ ਬੈਡ ਕਮੈਂਟਸ ਦੇ ਕਰਕੇ ਵੈਲ ਅੱਜ ਵੀ ਅਜੇਹਾ ਮੁੱਦਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਆ ਅੱਜ ਮੈਂ ਤੁਹਾਨੂੰ ਕਿਸ ਮਲਾਵਾਗੇ ਜੋ ਤੁਹਾਨੂੰ ਦੱਸਣਗੇ ਕਿ ਉਹਨਾਂ ਨੂੰ ਕਿੱਦਾਂ ਹਿਊਮਿਲੇਟ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਬੈਡ ਕਮੈਂਟਸ ਕਰਕੇ ਚਲਦੇ ਆਉਨਾ ਕੋਲ ਤੇ ਪੁੱਛਦੇ ਆਉਨਾ ਤੋਂ ਕੀ ਮਾਮਲਾ ਹੈ ਸੱਸੀ ਗਾਲ ਦੇ ਸਾਰਿਆਂ ਨੂੰ ਅੱਜ ਸਾਡੇ ਘਰ ਗਲੀ ਪੋਸਟ ਵਾਲੇ ਆਏ ਆ ਜੀ ਸੋ ਤੁਹਾਨੂੰ ਮੈਮ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਸੱਸੀ ਗਾਲ ਦੇ ਸਸ਼ਕਾਲਜੀ ਵੈਲਥ ਮੈਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਸੋਸ਼ਲ ਮੀਡੀਆ ਆਪਾਂ ਸਾਰੇ ਹੀ ਚਲਾਉਂਦੇ ਆ ਰਾਈਟ ਤੇ ਬਹੁਤ ਸਾਰੇ ਅਜਿਹੇ ਲੋਕੀ ਆ ਜੋ ਬਹੁਤ ਪੋਜ਼ਿਟਿਵ ਵੇ ਨਾਲ ਉਸ ਨੂੰ ਲੈਂਦੇ ਆ ਤੇ ਬਹੁਤ ਸਾਰੇ ਅਜਿਹੇ ਵੀ ਬੈਠੇ ਆ ਜੋ ਕਿ ਉਹ ਕਹਿੰਦੇ ਨਾ ਖਾਲੀ ਦਿਮਾਗ ਸ਼ੈਤਾਨ ਦਾ ਕਰ ਉਹ ਸਿਰਫ ਮਾੜੀਆਂ ਗੱਲਾਂ ਭਾਲਦੇ ਆ ਮਿਸਯੂਜ਼ ਕਰਦੇ ਆ ਸੋਸ਼ਲ ਮੀਡੀਆ ਨੂੰ ਸੋ ਤੁਸੀਂ ਵੀ ਅੱਦਾ ਦੀ ਟ੍ਰੋਲਿੰਗ ਨਹੀਂ ਕਰੋਗੇ ਹਿਊਮਿਲੇਟ ਕਰ ਰਹੇ ਆ ਤੁਹਾਨੂੰ ਰੀਜ਼ਨ ਕੀ ਰੀਜ਼ਨ ਕੁਝ ਨਹੀਂ ਜੀ ਕਾਫੀ ਟਾਈਮ ਪਹਿਲਾਂ ਗਾਣਾ ਕੀਤਾ ਸੀ ਜੀ ਸੋ ਤੇਰੀ ਮੌਤਾਂ ਕਰਕੇ ਗਾਣਾ ਆਇਆ ਸੀਗਾ ਤਾਂ ਮੈਰ ਕਰਨਲ ਮਹੀਨਾ ਡੇਢ ਮਹੀਨਾ ਪਹਿਲਾਂ ਸੋ YouTube ਤੇ ਕੋਈ ਨਿਊਜ਼ ਆਈ ਸੀ ਕਿ ਇਦਾਂ ਕਰਕੇ ਸਾਨੂੰ ਸਿਵਾ ਕਿ ਚਲੋ ਥੋੜੀ ਬੋਤੀ ਦਬ ਜੂਗੀ ਜਾਂ ਕੁਝ ਹੋ ਜੂਗੀ ਹਨਾ ਤੇ ਨਹੀਂ ਹੋਈ ਉਹ ਤੇ ਉਸ ਤੋਂ ਬਾਅਦ ਲੋਕ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਇਗਨੋਰ ਕਰਦੇ ਰਹੇ ਇਗਨੋਰ ਕਰਦੇ ਰਹੇ ਇਗਨੋਰ ਕਰਦੇ ਰਹੇ ਤੇ ਫਿਰ ਕੱਲ ਕਾਫੀ ਹੱਦ ਹੋ ਗਈ ਕੱਲ ਮੈਂ ਕਾਫੀ ਫ੍ਰੀ ਬੈਟਰ ਸੀ ਮੈਂ ਕਮੈਂਟ ਪੜਨ ਲੱਗਿਆ ਬੜੇ ਗੰਦੇ ਗੰਦੇ ਕਮੈਂਟ ਆ ਰਹੇ ਸੀ ਹਨਾ ਕਿ ਇਦਾਂ ਕਰਕੇ ਤੁਸੀਂ ਇਹ ਕੀਤਾ ਉਹ ਕੀਤਾ ਸੋ ਫਿਰ ਮੈਂ ਲਿਖ ਕੇ ਪਾਇਆ ਸੀਗਾ ਕਿ ਐਦਾਂ ਦਾ ਕੁਝ ਨਹੀਂ ਹੈ ਕਿ ਅਸੀਂ ਸਿਰਫ ਮੈਂ ਮੈਮ ਨੂੰ ਗਾਣਾ ਕੀਤਾ ਸੀ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਕੁਝ ਨਹੀਂ ਹੈਗਾ ਕਿ ਮੈਂ ਕੋਈ ਚਾਅ ਨਹੀਂ ਹੈਗਾ ਕਿ ਜਿਨ੍ਹਾਂ ਦੇ ਜਿਆਦਾ ਹੀ ਗੰਦੇ ਗੰਦੇ ਮੈਸੇਜ ਆਉਂਦੇ ਸੀ ਉਹਨਾਂ ਨੂੰ ਲਿਖਣਾ ਪੈਂਦਾ ਸੀ ਕਿ ਐਦਾਂ ਦਾ ਕੋਈ ਚਾਅ ਨਹੀਂ ਸੋ ਮੈਂ ਉਹਨਾਂ ਨੂੰ ਗਾਣਾ ਕੀਤਾ ਸੀਗਾ ਕਦੀ ਵੀ ਉਹਨਾਂ ਨੇ ਕੋਈ ਚੀਜ਼ ਨਾਲ ਮੈਂਸ਼ਨ ਨਹੀਂ ਕੀਤਾ ਸੋ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਉਹ ਨਾਲੋ ਮੈਂ ਪਹਿਲਾਂ ਵੀ ਪਾਇਆ ਸੀ ਤੇ ਕੱਲ ਮੈਂ ਫੇਰ ਪਾਇਆ ਤੈਨੂੰ ਕੱਲ ਤੁਸੀਂ ਫੜ ਲਿਆ ਕਿ ਕੱਲ ਮੈਂ ਫਾਈਨਲੀ ਫੜ ਲਿਆ ਕਿ ਕਿਤੇ ਨਾ ਕਿਤੇ ਇੱਕ ਮੈਂ ਕਹਿ ਸਕਦੀ ਹਾਂ ਕਿ ਇਹ ਗਲਤ ਚੀਜ਼ ਆ ਜੇ ਅਸੀਂ ਲੋਕਾਂ ਦੇ ਵਿੱਚ ਤੇ ਤੁਹਾਡੇ ਵਿੱਚ ਇੱਕ ਬ੍ਰਿਜ ਬਣਦੇ ਆ ਸੋ ਕਿਤੇ ਨਾ ਕਿਤੇ ਇਹ ਸਾਡਾ ਹੀ ਰਿਸਪੌਂਸਿਬਿਲਟੀ ਆ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇਹ ਚੀਜ਼ ਗਲਤ ਆ ਤੁਹਾਡੇ ਨਾਲ ਗਲਤ ਹੋ ਰਿਹਾ ਮੈਂ ਇਹ ਸਾਰੇ ਕਮੈਂਟਸ ਮੈਂ ਪਰਸਨਲੀ ਪੜੇ ਆ ਮੇਰੇ ਕੋਲ ਸਕਰੀਨ ਸ਼ਾਟਸ ਵੀ ਪਿਆ ਸਾਰੇ ਆ ਦੇ ਮਤਲਬ ਕਿਤਾ ਤਾਂ ਫੀਲ ਹੋ ਰਿਹਾ ਕਈ ਆਈ نو ਬਹੁਤ ਨੈਗੇਟਿਵ টিਆਰਪੀ ਹੋ ਰਹੀ ਆ ਬਟ ਫਾਲੋਅਰਸ ਵਧ ਰਹੇ ਨੇ ਮਤਲਬ ਇੱਕ ਦਿਮਾਗ ਤੇ ਬਹੁਤ ਬੋਝ ਜਾ ਲੱਗਦਾ ਹੋਣਾ ਨਾ ਸਵੇਰੇ ਉੱਠਦੇ ਹੀ ਸਾਰੇ ਕਮੈਂਟਸ ਐਂਡ ਫਾਲੋਅਰਸ ਨਹੀਂ ਫਾਲੋਅਰਸ ਨਾਲ ਤਾਂ ਮੈਨੂੰ ਚਾਹੀਦੇ ਆ ਕਿ ਅਦਾ ਮੈਨੂੰ ਨਹੀਂ ਚਾਹੀਦੇ ਅਦਾ ਦੇ ਫਾਲੋਅਰਸ ਹਨਾ ਕਿ ਠੀਕ ਆ ਜੋ ਅਸੀਂ ਕਰ ਰਹੇ ਆ ਸਾਨੂੰ ਉਹੀ ਚੀਜ਼ ਚਾਹੀਦੀ ਆ ਕਿ ਕੋਈ ਇਹਨਾਂ ਹੱਕ ਦੀ ਕਮਾਈ ਆ ਨਾ ਕਿ ਜਦ ਪਹਿਲਾਂ ਵੀ ਦੇਖਿਆ ਥੋੜੇ 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 ਮੈਂ ਇੱਕ ਦਿਨ ਦੇਖਿਆ ਮੈਂ ਕਿ ਯਾਰ ਫਾਲੋਅਰ ਕਿਉਂ ਵਧਿ ਜਾ ਰਹੇ ਮੇਰੇ ਕਿਉਂ ਵਧਿ ਜਾ ਰਹੇ ਹਨਾ ਫਿਰ ਮੈਂ ਜਦ ਨਿਊਜ਼ ਚੈੱਕ ਕੀਤੀ ਫਿਰ ਮੈਂ ਦੇਖੇ ਫਿਰ ਮੈਸੇਜ ਦੇਖੇ ਮੈਸੇਜ ਆ ਰਹੇ ਆ ਫਿਰ ਮੈਂ ਦੇਖਿਆ ਮੈਂ ਕਿਹਾ ਚਲੋ ਆਹ ਹੋ ਗਿਆ ਫਿਰ ਮੈਂ ਕਿਹਾ ਸ਼ਾਂਤ ਹੋ ਜਾਊਗਾ ਮਾਹੌਲ ਠੀਕ ਹੈ ਸ਼ਾਂਤ ਤੋਂ ਬਾਅਦ ਫਿਰ ਨਹੀਂ ਹਟਿਆ ਨਹੀਂ ਹਟਿਆ ਨਹੀਂ ਹਟਿਆ ਸੋ ਆਹ ਚੀਜ਼ਾਂ ਚਲਦੀਆਂ ਰਹੀਆਂ ਚਲਦੀਆਂ ਰਹੀਆਂ ਅ ਸੋ ਮੇਰਾ ਸਵਾਲ ਇਹ ਆ ਕਿ ਤੁਹਾਡਾ ਰੀਅਲਿਮ ਜੋਨੀ ਆ ਰਾਈਟ ਸੋ ਕਿਆ ਲੱਗ ਰਿਹਾ ਮਤਲਬ ਲੋਕ ਕੀ ਕਿਉਂ ਕਰ ਰਹੇ ਨੇ ਤੁਸੀਂ ਕੀ ਦੇਖਿਆ ਅਸੀਂ ਮੈਂ ਤੁਸੀ ਮੈਂਸ਼ਨ ਕੀਤਾ ਤੇਰੀਆ ਮੁਹੱਬਤ ਦਾ ਗਾਣਾ ਆਇਆ ਸੀ ਹਿਮਾਂਸ਼ੀ ਖੁਰਾਨਾ ਨਾਲ ਐਂਡ ਉਹ ਨੈਸ਼ਨਲ ਟੀਲੀਵਿਜ਼ਨ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਇੰਗੇਜਡ ਆ ਬਟ ਮਿਸ ਅੰਡਰਸਟੈਂਡਿੰਗ ਇਸ ਕਿ ਤੁਹਾਨੂੰ ਲੋਕੀ ਚਾਅ ਸਮਝ ਰਿਹਾ ਸੋ ਮਤਲਬ ਕੀ ਹਿਮਾਂਸ਼ੀ ਨੇ ਆਪੇ ਆ ਕੇ ਤੁਹਾਨੂੰ ਇਸ ਚੀਜ਼ ਲਈ ਕਿਹਾ ਕਿ ਆਮ ਸੌਰੀ ਮੇਰੇ ਕਰਕੇ ਤੁਸੀਂ ਟਰਬਲ ਕਰ ਰਹੇ ਹੋ ਨਹੀਂ ਨਹੀਂ ਅਦਾ ਦਾ ਕੁਝ ਨਹੀਂ ਗਿਆ ਮੈਂ ਹਮਨੇ ਸੋ ਮੈਨੂੰ ਲੱਗਦਾ ਵੀ ਨਹੀਂ ਹੈਗਾ ਕਿ ਅਦਾ ਦਾ ਕੁਝ ਮਤਲਬ ਕੀ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ ਲਾਸਟ ਟਾਈਮ ਹੀ ਗਾਣਾ ਉਹਨਾਂ ਦਾ ਤੇਰੀ ਆ ਮੁਹਤਾ ਸੀਗਾ ਉਸ ਤੋਂ ਬਾਅਦ ਸ਼ਾਇਦ ਉਹ ਬਿਜ਼ੀ ਹੋ ਗਏ ਸੀ ਤੇ ਉਹ ਬਾਹਰ ਚਲ ਗਏ ਸੀਗੇ ਸੋ ਉਹਨਾਂ ਦਾ ਆ ਚੀਜ਼ਾਂ ਚੱਲਦੀਆਂ ਰਿਆਂ ਤੇ ਲੋਕਾਂ ਨੂੰ ਐਦਾਂ ਹੋਇਆ ਕਿ ਜਿਹੜੇ ਲਾਸਟ ਗਾਣੇ ਦੇ ਵਿੱਚ ਹੀ ਆ ਨਾ ਕਿ ਕਿਉਂਕਿ ਇਹ ਚੀਜ਼ਾਂ ਮੇਰਾ ਖਿਆਲ ਨਾਲ ਪਹਿਲਾਂ ਨਹੀਂ ਕਲੀਅਰ ਹੋਈਆਂ ਸੀ ਕਦੇ ਉਹਨਾਂ ਨੇ ਕੀਤੀਆਂ ਹੋਣੀ ਆ ਜਾਂ ਨਹੀਂ ਨਹੀਂ ਪਤਾ ਸੋ ਲਾਸਟ ਟਾਈਮ ਉਹਨਾਂ ਨੇ ਗਾਣਾ ਕੀਤਾ ਸੀਗਾ ਲੋਕਾਂ ਨੂੰ ਆ ਹੀ ਲੱਗਿਆ ਕਿ ਸ਼ਾਇਦ ਇਹੀ ਹੋਗਾ ਚਾਹ ਉਹ ਤੇ ਦੋ ਤਿੰਨ ਨਿਊਜ਼ਪੇਪਰ ਵਾਲਿਆਂ ਨੇ ਸ਼ਾਇਦ ਐਦਾਂ ਕਰਤਾ ਸੀਗਾ ਕਿ ਹਿਮਾਂਸ਼ੀ ਦਾ ਚਾਹ ਇਹੀ ਹੈ ਸੋ ਐਦਾਂ ਐਦਾਂ ਕਰਕੇ ਸ਼ਾਇਦ ਇਸ ਕਰਕੇ ਲੋਕਾਂ ਨੂੰ ਲੱਗਿਆ ਹੋਊਗਾ ਅੱਛਾ ਤੁਸੀਂ ਵੀ ਪੰਜਾਬੀ ਇੰਡਸਟਰੀ 'ਚ ਗਾਣੇ ਕਰ ਚੁੱਕੇ ਹੋ ਗੈਰੀ ਸੰਧ ਨਾਲ ਹਰਸਰਮਨ ਨਾਲ ਕਾਫੀ ਗਾਣੇ ਤੁਹਾਡੇ ਆ ਚੁੱਕੇ ਆ ਮਿਊਜ਼ਿਕ ਕਰਦੇ ਹੋ ਸੋ ਕਦੇ ਕਿਉਂਕਿ ਹਮਾਂਚੀ ਦੀ ਜੋ ਸਟੇਟਮੈਂਟ ਸੀ ਉਹ ਇਹ ਸੀਗੀ ਕਿ ਚਾਉ ਨਾਲ ਉਹ 10 ਇਅਰਸ ਤੋਂ ਹੈਗੇ ਨਹੀਂ ਐਂਡ ਉਹ ਇਕੱਠੇ ਜੋ ਹੈ ਉਹਨਾਂ ਨਾਲ ਆਂਦੇ ਸੀਗੇ ਜਦ ਵੀ ਉਹ ਸ਼ੂਟ ਤੇ ਜਾਂਦੇ ਸੀ ਤੁਸੀਂ ਪਰਸਨਲੀ ਮਿਲਿਓ ਕਦੇ ਚਾਉ ਨੂੰ ਨਹੀਂ ਨਹੀਂ ਮੈਂ ਨਹੀਂ ਮਿਲਿਆ ਪਰਸਨਲੀ ਬਟ ਕਈ ਵਾਰ ਲੱਗਦਾ ਸੀਗਾ ਕਿ ਸ਼ਾਇਦ ਕਈ ਵਾਰ ਗੱਲ ਕਰਦੇ ਸੀਗੇ ਉਹ ਕਿ ਹੋਊਗਾ ਬਟ ਇੰਨਾ ਵੀ ਨਹੀਂ ਸੀਗੇ ਅਸੀਂ ਫ੍ਰੈਂਕ ਸੀਗੇ ਮੈਮ ਨਾਲ ਕਿ ਇੰਨਾ ਹੀ ਸੀਗਾ ਕਿ ਸਿਰਫ ਆਏ ਕੰਮ ਕਰ ਲਿਆ ਤੇ ਚਲ ਗਏ ਬਸ ਕੋਈ ਇੰਨੀ ਪਰਸਨਲ ਗੱਲ ਨਹੀਂ ਕਰਦੇ ਸੀਗੇ ਸੋ ਇੱਕ ਨਦੀਵਾਰੀ ਹੁੰਦਾ ਸੀਗਾ ਕਿ ਚਲੋ ਮੈਂ ਗਾਣਾ ਸੈਂਡ ਕਰਨਾ ਉਹਨਾਂ ਨੂੰ ਕਿ ਸੁਣਾਉਂਗੀ ਮਤਲਬ ਕਿ ਟੀਮ ਵਰਕ ਨੂੰ ਗਾਣਾ ਸੁਣਾਉਂਗੇ ਉਹਨਾਂ ਦੇ ਵਿੱਚ ਹੀ ਗੱਲ ਆਉਂਦਾ ਸੀ ਕਿ ਮੈਂ ਆਪਣੇ ਫਿਅਾਂਸੇ ਨੂੰ ਵੀ ਸੁਣਾਉਂਗੇ ਨਾ ਸੋ ਸਾਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਉਹੀ ਹੋਣਗੇ ओके ਕੋਈ ਇਹਦਾ ਤਾਂ ਥਰ ਨੂੰ ਸ਼ੋਰਟੀ ਨਹੀਂ ਸੀ ਜਾਂ ਤੁਸੀਂ ਮਿਲ ਨਹੀਂ 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 ਅਸੀਂ ਕਦੇ ਨਹੀਂ ਮਿਲਿਆ ਕਿ ਅਸੀਂ ਕਿਸੇ ਨੂੰ ਓਕੇ ਵੈਲ ਇਹ ਬੈਡ ਕਮੈਂਟਸ ਆਈ نو ਕਿਤੇ ਨਾ ਕਿਤੇ ਹਿਊਮਿਲੇਟ ਹੋ ਰਹੇ ਹੋ ਇੱਕ ਟਰਾਮਟਾਈਜ਼ ਹੋ ਜਾਂਦਾ ਬੰਦਾ ਰੋਜ਼ ਇਦਾਂ ਦੇ ਕਮੈਂਟਸ ਪੜ੍ਹ ਕੇ ਦੱਸ ਸਕਦੇ ਹੋ ਕਿ ਮਤਲਬ ਕਮੈਂਟਸ ਤੋਂ ਇਲਾਵਾ ਪਰਸਨਲ ਮੈਸੇजेस ਕਿੱਦਾਂ ਆਂਦੇ ਤੁਹਾਨੂੰ ਪਰਸਨਲ ਮੈਸੇਜ ਲੋਕਾਂ ਦੇ ਵਧੀਆ ਵੀ ਆਂਦੇ ਆ ਕਈਆਂ ਨੂੰ ਪਤਾ ਵੀ ਹੈ ਕਿ ਨਹੀਂ ਹੈਗੇ ਇੰਦਾਂ ਦਾ ਕੁਝ ਤੇ ਹੁਣ ਕੀ ਹੁੰਦਾ ਹੈ ਨਾ ਇੱਕ ਤੁਸੀਂ ਕਮੈਂਟ ਕਰਦੇ ਆ ਅਗਰ ਕੋਈ ਗੰਦਾ ਕਮੈਂਟ ਆਂਦਾ ਹੈ ਉਸ ਦੇ ਨੀਚੇ ਕਾਫੀ ਹੋਰ ਕਮੈਂਟਸ ਸ਼ੁਰੂ ਹੋ ਜਾਂਦੇ ਆ ਤੇ ਹਰ ਇੱਕ ਬੰਦਾ ਥੋੜੀ ਤੁਹਾਨੂੰ ਪਤਾ ਹੈ ਕਿ ਫੈਨ ਫਾਲਿੰਗ ਹਰ ਇੱਕ ਬੰਦਾ ਪਾਲਦਾ ਹੈ ਨਾ ਤੇ ਹਰ ਇੱਕ ਬੰਦੇ ਨੂੰ نیچے ਸ਼ੁਰੂ ਹੋ ਜਾਂਦਾ ਹੈ ਮਸਲਾ ਸ਼ੁਰੂ ਹੋ ਜਾਂਦਾ ਹੈ ਪਿੱਛੇ ਕੁੜੀਆਂ ਵਿੱਚੇ ਮੁੰਡੇ ਫਿਰ ਉਹ ਸਾਰਿਆਂ ਨੂੰ ਕਲਿੱਕ ਵੱਜਦੇ ਆ ਸਾਰੇ ਫੈਨ ਫਾਲਿੰਗ ਚੱਕਦੇ ਆ ਇਸ ਕਰਕੇ ਸਾਰੇ ਕੁਝ ਕਰਦੇ ਆ ਇਹ ਹੋਰ ਤਾਂ ਕੀ ਹੈ ਔਰ ਤਾਂ ਕੁਝ ਨਹੀਂ ਹਰ ਇੱਕ ਨੂੰ ਪਤਾ ਹੁੰਦਾ ਹੈ ਸੱਚਾਈ ਹਰ ਇੱਕ ਬੰਦੇ ਨੂੰ ਪਤਾ ਹੁੰਦੀ ਹੈ ਕੀ ਹੈ ਕਿ ਨਹੀਂ ਬਟ ਲੋਕ ਜਾਣ ਕੇ ਕਰਦੇ ਆ ਵੈਲ ਇਹ ਸਾਰਾ ਮੁੱਦਾ ਜਦੋਂ ਦਾ ਉੱਠਿਆ ਉਸ ਤੋਂ ਬਾਅਦ ਤੁਹਾਡੇ ਕੰਮ ਤੇ ਜਾਂ ਫਿਰ ਤੁਹਾਡੀ ਫੈਮਿਲੀ ਅਫੈਕਟ ਹੋ ਰਹੀ ਹੈ ਉਹਨਾਂ ਨੂੰ ਕੋਈ ਇਦਾਂ ਤਾਂ ਨਹੀਂ ਮਤਲਬ ਹਾਂ ਫੈਮਿਲੀ ਤੇ ਜ਼ਰੂਰ ਅਫੈਕਟ ਹੋ ਰਿਹਾ ਫੈਮਿਲੀ ਜਿਸ ਦਿਨ ਸਟਾਰਟਿੰਗ ਚ ਨਿਊਜ਼ ਆਈ ਸੀ ਤੇ ਮੇਰੀ ਸਿਸਟਰ ਸੀ ਹੀ ਸਿਸਟਰ ਰੋਣ ਲੱਗੀ ਸੀ ਕਿ ਇਹ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਿ ਇਹਨੇ ਕਦੇ ਕਰੇ ਗੱਲ ਨਹੀਂ ਕੀਤੀ ਹੈਗੀ ਕੁਝ ਨਹੀਂ ਕੀਤਾ ਤੇ ਉਹਨੇ ਦੱਸਿਆ ਮੰਮੀ ਨੂੰ ਕਿ ਮੰਮੀ ਆ ਕੀ ਕਰ ਰਹੀ ਆ ਬਾਹਰ ਬੈਠਾ ਹੋ ਕਿਦਾਂ ਫਿਰ ਮੈਂ ਫੋਨ ਕੀਤਾ ਮੈਂ ਕਿ ਮੰਮੀ ਇਦਾਂ ਦਾ ਕੁਝ ਨਹੀਂ ਹੈ ਫਸਟ ਟਾਈਮ ਮੇਰੀ ਸਿਸਟਰ ਨੇ ਦੱਸਿਆ ਸੀ ਮੈਨੂੰ ਕਿ ਆ ਤੇਰਾ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਬਹੁਤ ਵੱਡੀ ਗੱਲ ਆ ਇਹ ਜਦ ਕਰਦੀ ਭੈਣ ਹਨਾ ਜਦ ਇਹ ਚੀਜ਼ਾਂ ਕਹੋਏ ਤੇ ਮੈਨੂੰ ਨਹੀਂ ਚੰਗਾ ਲੱਗਿਆ ਮੈਂ ਕਿ ਯਾਰ ਨਹੀਂ ਹੈ ਇਦਾਂ ਦਾ ਕੁਝ ਕੁਝ ਨਹੀਂ ਆ ਤੁਸੀਂ ਇਹ ਫੇਕ ਚੀਜ਼ਾਂ ਹੈ ਨਾ ਸਮਝੋ ਨਾਲ ਦੀ ਨਾਲ ਫਿਰ ਮੈਂ ਸਟੇਟਮੈਂਟ ਪਾਈ ਸੀ ਸਟੋਰੀ ਪਾਈ ਸੀ ਕਿ ਇਦਾਂ ਦਾ ਕੁਝ ਨਹੀਂ ਆ ਜਦ ਫਾਲੋਅਰਾਂ ਨਾਲਗੇ ਮੈਸੇਜ ਆਣ ਲੱਗੇ ਫਿਰ ਮੈਂ ਕਿਹਾ ਸੀ ਕਿ ਇਦਾਂ ਦਾ ਕੁਝ ਨਹੀਂ ਆ ਤੁਸੀਂ ਨਾ ਇਹ ਚੀਜ਼ ਨੂੰ ਕਲੀਅਰ ਕਰੋ ਕਿ ਇਹ ਫੇਕ ਐ ਨੂੰ ਫੇਕ ਹੀ ਰਹਿਣ ਦਿਓ ਇਹ ਆਪਣੇ ਆਪ ਖਤਮ ਹੋ ਜਾਊਗੀ ਬਟ ਇਹ ਨਹੀਂ ਹੋਈ ਖਤਮ ਤੁਹਾਨੂੰ ਇਦਾਂ ਦੀ 네ਗੇਟਿਵ ਫੇਮ ਦਾ ਕੋਈ ਚਾ ਨਹੀਂ ਆ ਤੁਸੀਂ ਚਾ ਨਹੀਂ ਸਾਨੂੰ ਲਾਈਨ ਦੇ ਵਿੱਚ ਘਟੂ ਘਟ ਦੋ ਢਾਈ ਸਾਲ ਹੋ ਗਏ ਮੈਂ ਬਹੁਤ ਵੱਡੇ ਗਾਣੇ ਕੀਤੇ ਆ ਹਿੱਟ ਗਾਣੇ ਕੀਤੇ ਆ ਸੋ ਅਗਰ ਇਹ ਚੀਜ਼ਾਂ ਚਾਹੀਦੀ ਹੁੰਦੀਆਂ ਤਾਂ ਬਹੁਤ ਪਹਿਲਾਂ ਕਰ ਲੈਂਦੇ ਸਾਰੇ ਪਿਆਰ ਕਰਦੇ ਆ ਗੈਰੀਬਾਈ ਪਿਆਰ ਕਰਦਾ ਹਰ ਸਿਮਰਨ ਵੀਰਾ ਪਿਆਰ ਕਰਦਾ ਹੈ ਅਸ਼ਵੈ ਨੇਪਾਲ ਮਰਗੇ ਵੱਡੇ ਵੱਡੇ ਆ ਸਾਰੇ ਕਹਿੰਦੇ ਆ ਤੂੰ ਕੀ ਕਰੀ ਜਾਨਾ ਕਿ ਨਹੀਂ ਮੈਂ ਕਹਿੰਦਾ ਨਹੀਂ ਬਈ ਜਦ ਟਾਈਮ ਆ ਜਾਊਗਾ ਆ ਜਾਊਗਾ ਹਲੇ ਉਮਰ ਵੀ ਨਹੀਂ ਆ ਦਿਖਦਾ ਹੀ ਆਲੇ ਕਿੰਨਾਗਾ ਕਿੰਨਾ ਨਹੀਂ ਜਦ ਜਦ ਟਾਈਮ ਆਣਾ ਆਊਗਾ ਆਊਗਾ ਪਰ ਨਹੀਂ ਜਲਦੀ ਇਹ ਫੇਮ ਦੀ ਮੈਨੂੰ ਨਹੀਂ ਲੋੜ ਹੈਗੀ ਓਕੇ ਵੈਲ ਬਹੁਤ ਟਾਈਮ ਤਾਂ ਚੱਲਦਾ ਆ ਰਿਹਾ ਹੈ ਇਹ ਅਸੀਂ ਤੁਹਾਨੂੰ ਕਿਹਾ ਕਿ ਤੁਹਾਨੂੰ ਇਸ ਚੀਜ਼ ਨੂੰ ਇਸ ਪਲੇਟਫਾਰਮ ਤੇ ਕਲੈਰੀਫਾਈ ਕਰਨਾ ਚਾਹੀਦਾ ਹੈ ਕਦੇ ਤੁਹਾਨੂੰ ਆਪ ਨੂੰ ਨਹੀਂ ਲੱਗਿਆ ਕਿ ਮਤਲਬ ਇਹ 네ਗੇਟਿਵ ਆ ਕਦੇ ਮੈਂ ਕਲੈਰੀਫਾਈ ਕਰਾ ਜਾ ਕੇ ਲੋਕਾਂ ਨੂੰ ਨਹੀਂ ਹੁਣ ਜਦਾਂ ਕੱਲ ਤੁਹਾਡਾ ਫੋਨ ਆਇਆ ਨਾ ਮੈਂ ਤੁਹਾਨੂੰ ਮੈਂ ਕਹਿਆ ਯਾਰ ਮੈਂ ਤਾਂ ਸੋਰੀ ਫੋਨ ਫੋਨ ਨਹੀਂ ਨਹੀਂ ਕਹਿੰਦੇ ਕੋਈ ਨਹੀਂ ਕੰਟੀਨਿਊ ਕੰਟੀਨਿਊ ਮੈਨੂੰ ਕੱਲ ਹੋਇਆ ਕਿ ਜਦੋਂ ਪਤਾ ਲੱਗਿਆ ਤੁਸੀਂ ਨੇ ਮੈਨੂੰ ਮਿਲੇ ਆ ਨਾ ਕਿ ਐਦਾਂ ਹੋ ਰਿਹਾ ਤੁਹਾਡੇ ਨਾਲ ਤੁਸੀਂ ਇਹਨੂੰ ਚੀਜ਼ ਨੂੰ ਕਲੀਅਰ ਕਰੋ ਮੈਨੂੰ ਡਰ ਲੱਗ ਰਿਹਾ ਸੀ ਮੈਂ ਕਿਹਾ ਯਾਰ ਮੈਂ ਕਿਉਂ ਆਵਾਂ ਸਾਹਮਣੇ ਨਾ ਬਟ ਆਣਾ ਚਾਹੀਦਾ ਆ ਕੇ ਕਰਨੀ ਚਾਹੀਦੀ ਐਸ ਕਰਕੇ ਕਲੀਅਰ ਹੁੰਦੀ ਹੈ ਨਹੀਂ ਤਾਂ ਲੋਕ ਸਾਰੇ ਉਹੀ ਰਹਿੰਦੇ ਆ ਕਿ ਯਾਰ ਹਾਂ ਇਹੀ ਚਾਹੋ ਹੈ ਕੱਲ ਮੈਂ ਸਟੇਟਸ ਪਾਇਆ ਕਿ ਯਾਰ ਮੈਂ ਐਦਾਂ ਦਾ ਕੁਝ ਨਹੀਂ ਹੈਗਾ ਲੋਕ ਉਲਟਾ ਕਹਿ ਰਹੇ ਆ ਕਿ ਹੁਣ ਤੁਸੀਂ ਹੀ ਹੋ ਤੁਸੀਂ ਐਦਾਂ ਦਾ ਸਟੇਟਸ ਕਿਉਂ ਪਾਇਆ ਕਿ ਉਨ ਕੀ ਲੋਕਾਂ ਨੂੰ ਕੀ ਕਲੀਅਰ ਕਰੀਏ ਕੀ ਨਾ ਕਰੀਏ ਜੀ ਆਈ ਐਮ ਸ਼ੋਰ ਕਿ ਇਹ ਸਾਡੀ ਗੱਲਬਾਤ ਤੁਹਾਡੇ ਨਾਲ ਦੇਖ ਕੇ ਆਈ ਐਮ ਪ੍ਰੀਟੀ ਸ਼ੋਰ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਕਲੀਅਰਾਈ ਹੋ ਜਾਣਾ ਐਂਡ ਜਸਟ ਕੀਪਿੰਗ ਮਾਈ ਫਿੰਗਰਸ ਕ੍ਰੋਸਡ ਕਿ ਲੋਕੋਂ ਲੋਕੀ ਤੁਹਾਨੂੰ ਇਦਾਂ ਹਿਊਮਿਲੇਟ ਨਾ ਕਰੇ ਵੈਲ ਅਪਾਰਟ ਫਰਮ ਇਟ ਗੱਲਾ ਇਹ ਬਹੁਤ ਕਲੀਅਰ ਹੋ ਚੁੱਕੀ ਆ ਨਹੀਂ ਵੈਸੀ ਬਿੱਗ ਬਾਸ ਫੋਲੋ ਕਰਦੇ ਹੋ ਹਾਂ ਹਾਂ ਦਿੱਲੀ ਦੇਖਦੇ ਆਪੇ ਹੋੂ ਇਜ਼ ਯਰ ਫੇਵਰੇਟ ਮੇਰਾ ਸਿਦਾਰਥ ਸ਼ੁਕਲਾ ਹੈ ਸਿਦਾਰਥ ਸ਼ੁਕਲਾ ਵੈ ਸਿਦਾਰਥ ਸ਼ੁਕਲਾ ਆਪਣੀ ਪੰਜਾਬ ਦੀ ਕੁੜੀ ਸ਼ਹਿਨਾਜ਼ ਨਾਲ ਉਹਨਾਂ ਦਾ ਫ੍ਰੈਂਚ ਵਾਲਾ ਮੌਂਡ ਜੋ ਹੈ ਕਾ ਨਿਊ ਦੇ ਬਾਰੇ ਤਾਂ ਕੀ ਹੈ ਜੇ ਲੋਕ ਸਾਨੂੰ ਫੇਕ ਕਹਿ ਸਕਦੇ ਹੈ ਫਲਾਡੇ ਨਾਲ ਚੱਲ ਸਕਦਾ ਤਾਂ ਆਪਸ ਦੀ ਗੱਲ ਹੈ ਨਾ ਤੇ ਬਟ ਨਹੀਂ ਬਹੁ ਹੀ ਪਸੰਦ ਹੈ ਮਤਲਬ ਕਿ ਬੈਸਟ ਹੋਈ ਹੈ ਸਹੀ ਲੱਗ ਰਿਹਾ ਉਹ ਬਹੁਤ ਸਹੀ ਖੇਡ ਰਿਹਾ ਓਕੇ ਵੈਲ ਉਹ ਕੁੜੀ ਉੱਥੇ ਨੈਸ਼ਨਲ ਟੈਲੀਵਿਜ਼ਨ ਤੇ ਜਾ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇੱਕ ਪਾਸੇ ਉਹ ਵੀ ਬਹੁਤ ਵਧੀਆ ਗੱਲ ਹੈ ਕਿ ਸੋਚਿਆ ਨਹੀਂ ਸੀਗਾ ਕਿ ਐਦਾਂ ਵੀ ਹੋਊਗਾ ਵੱਡੀ ਗੱਲ ਹੈ ਕਿ ਇਹ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਹੋ ਬਹੁਤ ਸੋਹਣਾ ਉਹ ਵੀ ਵਧੀਆ ਖੇਡ ਰਹੀ ਹੈ ਸ਼ਨਾਸ ਗੇਲ ਸ਼ਨਾਜ਼ ਗੱਲ ਪੰਜਾਬ ਦੀ ਆਫ ਕੌਰਸ ਉਹਨਾਂ ਨੇ ਆਣਾ ਹੀ ਪੰਜਾਬ ਇੱਕ ਵਾਰ ਸਾਰਿਆਂ ਨੂੰ ਮਿਲਣ ਜਾਂ ਦੇਖਣ ਇੱਥੇ ਸਾਰਾ ਮਾਹੌਲ ਤੁਸੀਂ ਕੀ ਕੰਮ ਕਰਨਾ ਚਾਹੋਗੇ ਸ਼ਨਾਜ਼ ਨਾਲ ਕੰਮ ਦੀ ਤਾਂ ਚਲੋ ਕੀ ਹੈ ਕੰਮ ਤਾਂ ਤੁਸੀਂ ਕਹੋ ਜੇ ਵਧੀਆ ਲੱਗੂਗਾ ਤਾਂ ਉਹ ਵੀ ਦੀ ਗੱਲ ਹੈ ਕਿ ਜਿਉਂ ਉਹਨਾਂ ਨੂੰ ਪਰਫੈਕਟ ਲੱਗੂਗਾ ਕਿ ਕੰਮ ਕਰਨਾ ਚਾਹੀਦਾ ਹੈ ਕਦੇ ਉਹਨਾਂ ਨੇ ਸੁਣਿਆ ਹੋਊਗਾ ਤਾਂ ਜ਼ਰੂਰ ਕੰਮ ਕਰਾਂਗੇ ਅਗਰ ਬਾਕੀ ਉਹਨਾਂ ਦੀ ਮਰਜ਼ੀ ਹੈ ਐਦਾਂ ਦਾ ਕੁਝ ਨਹੀਂ ਤੱਕਾ ਨਹੀਂ ਆ ਕਿਸੇ ਨਾਲ ਕਿਸੇ ਨਾਲ ਕੰਮ ਕਰੋ ਆ ਕੇ ਹਰ ਇੱਕ ਦੇ ਆਪ ਦੇ ਆਪ ਦੇ ਹੋ ਥਾਟ ਹੈ ਕਿ ਆ ਮਾਨੂੰ ਕਿਹਦੇ ਨਾਲ ਕਰਨਾ ਚਾਹੀਦਾ ਕਿਹਦੇ ਨਾਲ ਕਿਉਂਕਿ ਗਾਣੇ ਨਾ ਕੁਛ-ਕੁਛ ਕੀ ਚੀਜ਼ਾਂ ਹੁੰਦੀਆਂ ਹਰ ਇੱਕ ਗਾਣੇ ਕੋਈ ਰੋਮਾਂਟਿਕ ਕਰਦਾ ਹੈ ਕੋਈ ਰੋਮਾਂਟਿਕ ਕੋਈ ਬੀਟ गा ਸਕਦਾ ਹੈ ਕੋਈ ਰੋਮਾਂਟਿਕ ਬਣਾਉਂਦਾ ਹੈ ਕੋਈ ਬੀਟ ਬਣਾਉਂਦਾ ਹੈ ਬੇਸਿਕਲੀ ਜਿਆਦਾ ਮੈਂ ਰੋਮਾਂਟਿਕ ਬਣਾਉਂਦਾ ਹੈ ਤੋ ਇਸ ਕਰਕੇ ਉਹ ਥੋੜੇ ਨੱਚਣੇ ਟੱਪਣੇ ਵਾਲੇ ਹੁੰਦੇ ਆ ਤਾਂ ਕਰਕੇ ਆਈ ਥਿੰਕ ਮੈਂ ਪਰਸਨਲੀ ਕਹਿਣਾ ਚਾਹੂੰਗੀ ਇਸ ਗੱਲ ਤੋਂ ਜਿੱਥੇ ਤੱਕ ਮੈਂ ਅੰਦਾਜ਼ਾ ਲਾ ਸਕਦੀ ਆ ਜਿਵੇਂ ਕਿ ਹੁਣ ਆਫ ਕੋਰਸ ਬਹੁਤ ਪਪੂਲਰ ਹੋ ਚੁੱਕੀ ਆ ਸ਼ਹਿਰਾਸ ਤੇ ਤੁਹਾਡਾ ਰਿਪਲਾਈ ਇਹਨਾਂ ਦਾ ਰਿਪਲਾਈ ਇਹ ਸੀ ਕਿ ਜੇ ਉਹਨਾਂ ਦਾ ਦਿਲ ਹੋਇਆ ਸੋ ਇਸ ਚੀਜ਼ ਤੋਂ ਬਹੁਤ ਗੱਲਾਂ ਕਲੈਰੀਫਾਈ ਹੁੰਦੀ ਆ ਕਿ ਤੁਸੀਂ ਫੇਮ ਦੇ ਪਿੱਛੇ ਨਹੀਂ ਭੱਜ ਇਹ ਜਿਹੜੀ ਤੁਹਾਨੂੰ ਨੈਗੇਟਿਵ ਟੀਆਰਪੀ ਮਿਲ ਰਹੀ ਆ ਇਹ ਦਿਖਦਾ ਹੈ ਕਿ ਤੁਸੀਂ ਨਹੀਂ ਹੈਗੇ ਹੋ ਐਂਡ ਉਹ ਚੀਜ਼ਾਂ ਗਲਤ ਹੋ ਰਹੀਆਂ ਨੇ ਤੁਹਾਡੇ ਨਾਲ ਸੋ ਐਨੀ ਮੈਸੇਜ ਟੂ ਦ ਟ੍ਰੋਲਰਸ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਬਲਕਿ ਬਹੁਤ ਸਾਰੇ ਲੋਕਾਂ ਨੂੰ ਇਦਾਂ ਹਿਊਮਿਲੇਟ ਕੀਤਾ ਬੈਡ ਕਮੈਂਟਸ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ बस यही कहूंगे कि यार तू सीधा ना करया करो कि पहला गल नु देखया करो कि की हो रिया कि नहीं हो रिया आपा पहला ही लग जाने हैं कुछ ना, क्योंकि अथे अथे है ना। कुछ क्योंकि एथे ना एथे हुणे हिमांशी खुराना ਨਾਲ ਵੀ ਹੈ ਨਾ ਕੁਛ ਨਾ ਕੁਛ ਉਹਨਾਂ ਨਾਲ ਵੀ ਕੀ ਗਲਤੀ ਜਾਂਦਾ ਹੈ ਆਦਾ ਨਾ ਕੀ ਹੈ ਕਿ ਨਹੀਂ ਹੈ ਉਹਨਾਂ ਨਾਲ ਵੀ ਕੋਈ ਨਾ ਕੋਈ ਉਹਨਾਂ ਨੂੰ ਵੀ ਕਮੈਂਟਸ ਜਾਂਦੇ ਹੋਣਗੇ ਹੈ ਨਾ ਚਲੋ ਉਹਨਾਂ ਨਾਲ ਤਾਂ ਕੀ ਹੈ ਬਟ ਇਹ ਗਲਤ ਹੈ ਨਹੀਂ ਕਰਨਾ ਚਾਹੀਦਾ ਪਹਿਲਾ ਚੀਜ਼ ਨੂੰ ਦੇਖਿਆ ਕਰੋ ਕਿ ਗਲਤ ਸਹੀ ਕੀ ਹੈ ਗਲਤ ਕੀ ਹੈ ਫਿਰ ਉਸ ਤੋਂ ਬਾਅਦ ਕਰਨਾ ਚਾਹੀਦਾ ਤੁਸੀਂ ਗਾਣਿਆਂ ਤੇ ਕਮੈਂਟ ਕਰਿਆ ਕਰੋ ਮਿਊਜ਼ਿਕ ਤੇ ਕਮੈਂਟ ਕਰਿਆ ਕਰੋ ਲਿਰਿਕਸ ਤੇ ਕਮੈਂਟ ਕਰਿਆ ਕਰੋ ਕਿੱਦਾਂ ਦੇ ਚਾਹੀਦੇ ਆ ਤੁਹਾਨੂੰ ਕੀ ਤੁਹਾਨੂੰ ਚਾਹੀਦਾ ਬਸ ਆ ਜੀ ਤਾਂ ਮੈਂ ਪੁੱਛ ਲੈਨੀ ਆ ਤੁਹਾਨੂੰ ਕਿ ਹੁਣ ਕਿੱਦਾਂ ਦੇ ਗਾਣੇ ਆ ਰਹੇ ਕਿਦਾਂ ਦਾ ਮਿਊਜ਼ਿਕ ਆ ਰਿਹਾ ਤੁਹਾਡਾ ਬਸ ਗੱਲ ਅੱਜਕੱਲ ਤਾਂ ਕਹਿ ਲੋ ਕਿ 30 ਸੀਰੀਜ਼ ਸਪੋਰਟ ਕਰ ਰਹੀ ਆ ਉਹਨਾਂ ਨਾਲ ਹੀ ਕੰਮ ਕਰ ਰਹੇ ਆ ਜਿੰਨਾ ਕਰ ਰਹੇ ਆ ਸੋ ਰੋਮਾਂਟਿਕ ਗਾਣੇ ਆ ਰਹੇ ਆ ਤੇ ਹਿਪ ਹੌਪ ਕਰ ਰਹੇ ਆ ਪੁਰਾਣੇ ਗਾਣੇ ਨਵੇਂ ਬਣਾ ਰਹੇ ਆ ਸੋ ਜਿਹੜੀਆਂ ਪੁਰਾਣੀਆਂ ਫੋਗ ਲੈਣਾ ਏ ਤੋਂ ਨਮੀਆਂ ਕਰ ਰਹੇ ਆ ਪਿੱਛੇ ਜੇ ਕਾਫੀ ਗਾਣੇ ਕੀਤੇ ਆ ਜਿਦਾ ਤੇਰੀਆਂ ਮਾਪਤਾ ਗਾਣਾ ਸੀ ਪਿੱਛੇ ਦੇ ਮਾਈਆ ਗਾਣਾ ਕੀਤਾ ਏ ਲੱਠੇ ਦੀ ਚਾਦਰ ਕੀਤਾ ਹੁਣ ਅੱਗੇ ਆਣ ਵਾਲੇ ਗਾਣੇ ਵੀ adda ਦੀ ਕੁਛ ਨਾ ਕੁਛ ਡਿਫਰੈਂਟ ਕਰੀ ਆ ਰਹੇ ਆ ਕਿ ਹੌਲੀ ਹੌਲੀ ਲੋਕਾਂ ਨੂੰ ਪਸੰਦ ਆਣੇ ਸ਼ੁਰੂ ਹੋ ਜਾਣਗੇ ਜੀ ਆ ਵੈ ਜੌਨੀ ਆਲ ધ ਬੈਸਟ ਫॉर ਯੂਰ ਫਿਚਰ ਪ੍ਰੋਜੈਕਟਸ ਐਂਡ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਿਵੇਂ ਤੁਸੀਂ ਲੋਕ ਜਿਵੇਂ ਲੋਕੀ ਤੁਹਾਨੂੰ ਇੱਥੇ ਜੋ ਹੈ ਹਿਮੂਲੇਟ ਕਰ ਰਿਹਾ ਤੁਸੀਂ ਐਸੀ ਪਲੈਟਫਾਰਮ ਤੇ ਆ ਕੇ ਚੀਜ਼ਾਂ ਨੂੰ ਕਲੈਰੀਫਾਈ ਕੀਤਾ ਤੇ ਥੈਂਕ ਯੂ ਸੋ ਮੱਚ ਐਂਡ ਆਲ ધ ਬੈਸਟ ਐਸੀ ਮੇਰੇ ਨਾਲ ਜੌਨੀ ਵਿਕ ਚਾਉ ਨਹੀਂ ਜੌਨੀ ਵਿਕ ਤੁਸੀਂ ਸਾਰੇ ਇਹਨਾਂ ਨੂੰ ਕਮੈਂਟਸ ਕਰਕੇ ਹਿਊਮਿਲੇਟ ਕਰ ਰਹੇ ਹੋ ਸੋ ਮੇਰੀ ਪਰਸਨਲ ਰਿਕੁਐਸਟ ਆ ਕਿਸੇ ਦੇ ਬਾਰੇ ਬਿਨਾ ਜਾਣੇ ਬਿਨਾ ਪੁੱਛੇ ਇਦਾਂ ਹਿਊਮਿਲੇਟ ਕਰਨਾ ਬਹੁਤ ਵੱਡਾ ਜੁਰਮੀ ਆ ਇੱਕ ਤਰ੍ਹਾਂ ਦਾ ਪਲੀਜ਼ ਕਿਸੇ ਨੂੰ ਇਦਾਂ ਤੁਸੀਂ ਜੋ ਹੈ ਡਰਾਮਟਾਈਜ਼ ਨਾ ਕਰੋ ਉਹਨਾਂ ਦੀ ਪੂਰੀ ਹਿਸਟਰੀ ਬਾਰੇ ਜਾਣ ਲਓ ਇਹਨਾਂ ਨੇ ਹੁਣ ਸੋਸ਼ਲ ਮੀਡੀਆ ਪਲੈਟਫਾਰਮ ਤੇ ਸਾਰੇ ਲੋਕਾਂ ਨੂੰ ਕਲੀਅਰਫਾਈ ਕੀਤਾ ਹੈ ਕਿ ਇਮਾਨਸ਼ੀ ਖੁਰਾਨਾ ਦਾ ਐਕਸ ਬੌਇਫ੍ਰੈਂਡ ਚਾਉ ਨਹੀਂ ਬਲਕਿ ਜੌਨੀ ਵਿਕ ਦਾ ਇਹ ਸਿਰਫ ਇੱਕ 뮤직 ਵੀਡੀਓ ਦਾ ਕਰਕੇ ਸਾਰਾ ਰੌਲਾ ਪਿਆ ਹੈ ਸੋ ਇਟਸ ਅ ਹੰਬਲ ਰਿਕੁਐਸਟ ਕਿ ਕਿਸੇ ਨੂੰ ਇਦਾਂ ਹਿਊਮਿਲੇਟ ਕਰਨ this is me sonali with camera person anand signing off